ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਦੋਸਤੋ ਅੱਜ ਅਸੀਂ ਜੋ ਕਿ ਅਪ੍ਰੈਂਟਿਸਸ਼ਿਪ ਦੀ ਵੈਕੈਂਸੀ ਆਉਣ ਵਾਲੀ ਹੈ 2024 ਜਾਂ 25 ਦੇ ਵਿੱਚ ਆ ਸਕਦੀ ਹੈ ਉਸ ਦੇ ਲਈ ਇੱਕ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਜੀ ਜਿਸ ਦੇ ਵਿੱਚ 5000 ਕੁਐਸਚਨ ਕੰਪਲੀਟ ਕਰਾਵਾਂਗੇ ਜੋ ਕਿ ਸਾਰੇ ਟੌਪਿਕਾਂ ਦੇ ਵਿੱਚ ਹੋਣਗੇ ਜੋ ਵੀ ਅਪ੍ਰੈਂਟਿਸਸ਼ਿਪ ਦੇ ਪੇਪਰ ਦੇ ਵਿੱਚ ਸਿਲੇਬਸ ਹੈ ਠੀਕ ਹੈ ਤੇ ਨਾਲ ਜੋ ਵੀ ਪਿਛਲੇ ਪੇਪਰਾਂ ਵਿੱਚ ਅਪ੍ਰੈਂਸ ਦੇ ਵਿੱਚ ਕੁਐਸਚਨ ਆਏ ਨੇ ਜਾਂ ਪੁੱਛੇ ਗਏ ਨੇ ਉਹਨਾਂ ਨਾਲ ਰਿਲੇਟਡ ਵੀ ਕੁਐਸਚਨ ਸਾਰੇ ਕਰਾਈ ਜਾਣਗੇ ਜੋ ਪ੍ਰੈਂਸਿਪਲ ਦਾ ਪੇਪਰ ਹੁੰਦਾ ਹੀ ਇਹ ਬਿਲਕੁਲ ਬੇਸਿਕ ਪੇਪਰ ਹੁੰਦਾ ਹੈ ਜਿਸ ਦੇ ਵਿੱਚ ਬੇਸਿਕ ਕੁਐਸਚਨ ਪੁੱਛੇ ਜਾਂਦੇ ਨੇ ਸਾਰੇ ਹੀ ਟੌਪਿਕਾਂ ਨਾਲ ਇਸ ਦੀ ਵੈਕੈਂਸੀ ਜਲਦੀ ਆਉਣ ਵਾਲੀ ਹੈ ਕਿਉਂਕਿ ਆਈਟੀਆਈ ਦੀ ਜੋ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਦੀ ਹੈ ਉਹ ਬਹੁਤ ਹੀ ਸਟੂਡੈਂਟਸ ਨੇ ਕੀਤੀ ਹੋਈ ਹੈ ਤੇ ਇਸ ਦੇ ਵਿੱਚ ਜੋ ਮੈਕਮੇ ਵੱਲੋਂ ਗੱਲ ਆ ਰਹੀ ਹੈ ਉਹ 6500 ਪੋਸਟ ਦੀ ਗੱਲ ਕਹਿ ਰਹੇ ਨੇ ਬਟ ਜੋ ਆਈਟੀਆਈ ਕਰ ਚੁੱਕੇ ਬੇਰਜ਼ਗਾਰ ਨੇ ਉਹ ਯੂਨੀਅਨ ਦੇ ਸਾਈਟ ਨਾਲ ਇਹ 4-5000 ਪੋਸਟਾਂ ਘਟਵਾਉਣ ਲਈ ਕਹਿ ਰਹੇ ਨੇ ਸੋ ਉਮੀਦ ਹੈ ਇਹ ਆ ਵੀ ਸਕਦੀਆਂ ਨੇ 4 ਤੋਂ 5000 ਸੋ ਤੁਸੀਂ ਤਿਆਰੀ ਹੋਣੇ ਦਾ ਸ਼ੁਰੂ ਕਰ ਸਕਦੇ ਹੋ ਇਹ ਬੇਜ ਤੁਹਾਨੂੰ ਇਹ ਪੇਪਰ ਜੂਲ ਕਲੀਅਰ ਕਰਾ ਕੇ ਦਵੇਗਾ ਆਓ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਕਲਾਸ ਹਾਂਜੀ ਅੱਜ ਅਸੀਂ ਜੋ 16 April 2023 ਨੂੰ ਪੇਪਰ ਹੋਇਆ ਸੀਗਾ ਅਪਰੈਂਟਸ਼ਿਪ ਦਾ ਲਾਈਨਮੈਨ ਟ੍ਰੇਡ ਦੇ ਵਿੱਚ ਉਹਨੂੰ ਹੱਲ ਕਰਵਾਉਣ ਜਾ ਰਹੇ ਹਾਂ ਇਸ ਨਾਲ ਤੁਹਾਨੂੰ ਪੇਪਰ ਦਾ ਵੀ ਪਤਾ ਲੱਗ ਜਾਵੇਗਾ ਕਿ ਕਿਹੋ ਜਿਹੇ ਕੁਐਸਚਨ ਆਉਂਦੇ ਨੇ ਕਿੰਨੇ ਈਜੀ ਨੇ ਤੇ ਕਿੰਨੇ ਕਿ ਟਫ ਨੇ ਠੀਕ ਹੈ ਤੇ ਜੋ ਇਹ ਪੇਪਰ ਸੀਗਾ ਦੋ ਸ਼ਿਫਟਾਂ ਦੇ ਵਿੱਚ ਹੋਇਆ ਸੀਗਾ ਇੱਕ ਪਹਿਲੀ ਸ਼ਿਫਟ ਤੇ ਇੱਕ ਦੂਸਰੀ ਪਹਿਲੀ ਸ਼ਿਫਟ ਦਾ ਜੋ ਪੇਪਰ ਹੈ ਉਹ ਵੀ ਅਸੀਂ ਚੈਨਲ ਤੇ ਅਪਲੋਡ ਕੀਤਾ ਹੋਇਆ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਵੇਗਾ ਆਓ ਅਸੀਂ ਅੱਜ ਇਸ ਪੇਪਰ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਇਸ ਵਿੱਚ ਕੁਐਸਚਨ ਆਏ ਸੀਗੇ ਉਹ 70 ਕੁਐਸਚਨ ਸੀਗੇ ਉਹ ਇਲੈਕਟ੍ਰੀਸ਼ੀਅਨ ਨਾਲ ਰਿਲੇਟਡ ਸੀਗੇ ਠੀਕ ਹੈ 2 ਕੁਐਸਚਨ ਇਸ ਚ ਪੰਜਾਬੀ ਗ੍ਰਾਮਰ ਦੇ ਆਏ ਸੀਗੇ ਠੀਕ ਹੈ ਤੇ 10 ਕੁਐਸਚਨ ਪੰਜਾਬ ਜੀਕੇ ਦੇ ਸੀਗੇ ਇਹ 100 ਕੁਐਸਚਨ ਆਏ ਸੀਗੇ ਪੰਜਾਬ ਜੀਕੇ ਸੀਗੇ ਜੋ ਕਿ ਬਿਲਕੁਲ ਈਜ਼ੀ ਕੁਐਸਚਨ ਸੀਗੇ 2 ਕੁਐਸਚਨ ਪੰਜਾਬੀ ਗ੍ਰਾਮਰ ਦੇ ਉਹ ਵੀ ਬਹੁਤ ਈਜ਼ੀ ਸੀਗੇ ਤੇ ਇਲੈਕਟ੍ਰੀਸ਼ੀਅਨ ਇਹ ਤੁਸੀਂ ਦੇਖ ਹੀ ਰਹੇ ਹੋ ਆਓ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਸੀਗਾ ਭਾਰਤ ਵਿੱਚ ਏਸੀ ਸਪਲਾਈ ਦੀ ਮਿਆਰੀ ਅਵਰਤੀ ਜਾਂ ਫ੍ਰੀਕੁਐਂਸੀ ਕਿੰਨੀ ਹੈ ਜੋ ਕਿ ਅਲਟਰਨੇਟਿਵ ਕਰੰਟ ਹੁੰਦਾ ਹੈ ਉਸ ਦੀ ਇੱਕ ਫ੍ਰੀਕੁਐਂਸੀ ਰੱਖੀ ਗਈ ਹੈ ਇਹੋ ਕਿੰਨੀ ਹੋ ਸਕਦੀ ਹੈ ਤਾਂ ਇਹਦਾ ਆਨਸਰ ਸੀਗਾ ਜੀ 50 ਹਰਟਜ਼ ਠੀਕ ਹੈ ਜੀ ਇਹ ਦੇਸ਼ਾਂ ਦੇ ਅਕੋਰਡਿੰਗ ਹੈ ਅਮਰੀਕਾ ਦੇ ਵਿੱਚ ਇਹ 60 ਹਰਟਜ਼ ਹੈ ਠੀਕ ਹੈ ਅਲੱਗ-ਅਲੱਗ ਕੰਟਰੀ ਦੇ ਹਿਸਾਬ ਨਾਲ ਹੈ ਨੈਕਸਟ ਕੁਐਸਚਨ ਹੈ ਇਹ ਆਪਣਾ ਮੋਢਲੇ ਪ੍ਰਾਇਮਰੀਕ ਚਿਕਿਤਸਾ ਇਲਾਜ ਵਿੱਚ ABC ਦਾ ਸਹੀ ਕ੍ਰਮ ਕਿਹੜਾ ਹੈ ਜਦੋਂ ਅਸੀਂ ਕਿਸੇ ਨੂੰ ਮੋਢਲੀ ਸਹਾਇਤਾ ਦੇਣੀ ਹੋਵੇ ਉਸ ਦੇ ਵਿੱਚ ਅਸੀਂ ਸਟਾਰਟਿੰਗ ਦੇ ਵਿੱਚ ਕੀ ਕਰਦੇ ਹਾਂ ਇਹ ਦੱਸਣਾ ਹੈ ਅਸੀਂ ਸਹੀ ਕ੍ਰਮ ਦੱਸਣਾ ਉਹਦਾ ਇਸ ਦੇ ਵਿੱਚ ਇੱਕ ਬਰੀਥਿੰਗ ਹੁੰਦੀ ਹੈ ਠੀਕ ਹੈ ਜੀ 에ਅਰਵੇ ਹੁੰਦਾ ਹੈ ਸਰਕੂਲੇਸ਼ਨ ਹੁੰਦਾ ਹੈ ਅਸੀਂ ਇਹਦਾ ਸਹੀ ਕ੍ਰਮ ਦੱਸਣਾ ਹੈ ਤਾਂ ਇਹਦਾ ਸਹੀ ਕ੍ਰਮ ਆਜੂਗਾ ਜੀ 에ਅਰਵੇ ਬਰੀਥਿੰਗ ਤੇ ਸਰਕੂਲੇਸ਼ਨ ਠੀਕ ਹੈ ਸਭ ਤੋਂ ਪਹਿਲਾਂ ਤਾਂ ਉਸ ਨੂੰ ਹਵਾ ਚਾਹੀਦੀ ਹੈ ਖੁੱਲੀ ਠੀਕ ਹੈ ਜੀ ਤੇ ਫਿਰ ਉਸ ਨੂੰ ਸਾਹ ਸਹੀ ਆਉਣਾ ਚਾਹੀਦਾ ਹੈ ਤੇ ਫਿਰ ਸਰਕੂਲੇਸ਼ਨ ਚੱਲੂਗਾ ਉਸ ਦਾ ਠੀਕ ਹੈ ਇਹ ਸਹੀ ਸਹੀ ਕ੍ਰਮ ਹੈ ਇਸ ਦਾ ਪ੍ਰਾਥਮਿਕ ਚਿਕਿਤਸਾ ਦਾ ਨੈਕਸਟ ਕੁਐਸਚਨ ਹੈ ਇਹ ਅਨੁਨਾਦ ਅਵਿਰਤੀ ਜਿਹਨੂੰ ਅਸੀਂ ਰੈਜੋਨੈਂਸ ਫ੍ਰੀਕੁਐਂਸੀ ਕਹਿੰਦੇ ਨੇ ਆ ਤੇ ਆਰ ਐਲ ਸੀ ਸੀਰੀਜ਼ ਸਰਕਟ ਦਾ ਪ੍ਰਤੀਵਾਧਾ ਹੋਵੇਗਾ ਅਸੀਂ ਦੱਸਣਾ ਹੈ ਜੋ ਰੈਜੋਨੈਂਸ ਫ੍ਰੀਕੁਐਂਸੀ ਹੁੰਦੀ ਹੈ ਕਿੰਨੀ ਹੁੰਦੀ ਉਹ ਅਧਿਕਤਮ ਹੁੰਦੀ ਹੈ ਜ਼ੀਰੋ ਹੁੰਦੀ ਹੈ ਅਨੰਤ ਹੁੰਦੀ ਹੈ ਜਾਂ ਨਿਯੁਤਮ ਹੁੰਦੀ ਹੈ ਇਹ ਹਮੇਸ਼ਾ ਜੋ ਰੈਜੋਨੈਂਸ ਫ੍ਰੀਕੁਐਂਸੀ ਹੁੰਦੀ ਹੈ ਉਹ ਨਿਊਨਤਮ ਹੀ ਹੁੰਦੀ ਹੈ ਜੇ ਅਰਥ ਪ੍ਰਤੀਰੋਧ ਸਮੇਂ ਦੇ ਨਾਲ ਵਧਦਾ ਹੈ ਤਾਂ ਅਰਥ ਪ੍ਰਤੀਰੋਧ ਨੂੰ ਘਟਾਉਣ ਲਈ ਕੀ ਉਪਾਅ ਕੀਤੇ ਜਾਣੇ ਚਾਹੀਦੇ ਜੋ ਅਸੀਂ ਘਰਾਂ ਦੇ ਵਿੱਚ ਜਾਂ ਲਾਈਨਾਂ ਦੇ ਉੱਤੇ ਅਰਥ ਕਰਦੇ ਹਾਂ ਠੀਕ ਹੈ ਜੀ ਜੋ ਬੋਲਾਂ ਦੇ ਉੱਤੇ ਹੁੰਦੇ ਨੇ ਜੇਕਰ ਉਹਨਾਂ ਦੇ ਵਿੱਚ ਪ੍ਰਤੀਰੋਧ ਵੱਧਦਾ ਹੈ ਤਾਂ ਉਸ ਦੇ ਲਈ ਅਸੀਂ ਕੀ ਕਰਾਂਗੇ ਪ੍ਰਤੀਰੋਧ ਮਤਲਬ ਕਿ ਜੋ ਅਰਥ ਦੇ ਵਿੱਚ ਕਰੰਟ ਜਾਂਦਾ ਹੈ ਜੋ ਸਿੱਧਾ ਧਰਤੀ ਦੇ ਵਿੱਚ ਜਾਂਦਾ ਹੈ ਉਸ ਦੇ ਵਿੱਚ ਕਈ ਵਾਰੀ ਰਿਕਾਵਟ ਪੈਣੀ ਸ਼ੁਰੂ ਹੋ ਜਾਂਦੀ ਹੈ ਉਹ ਸਹੀ ਸੌਖੇ ਤਰੀਕੇ ਨਾਲ ਨਹੀਂ ਜਾਂਦਾ ਤਾਂ ਉਸ ਨੂੰ ਅਸੀਂ ਰਿਕਾਵਟ ਨੂੰ ਦੂਰ ਕਰਨ ਲਈ ਕੀ ਉਪਾਅ ਵਰਤਾਂਗੇ ਤਾਂ ਇਹਦੇ ਵਿੱਚ ਕੀ ਕਰਾਂਗੇ ਅਸੀਂ ਜੀ ਕੋਕ ਆਮਲੂਨ ਪਾਣੀ ਦੀਆਂ ਪਰਤਾਂ ਬਣਾ ਕੇ ਠੀਕ ਕਰਾਂਗੇ ਠੀਕ ਹੈ ਜੀ ਇਹ ਉਸ ਦੇ ਵਿੱਚ ਪਾਵਾਂਗੇ ਅਸੀਂ ਤਾਂ ਜੋ ਆਪਣਾ ਅਰਥ ਪ੍ਰਤੀਰੋਧ ਉਹ ਖਤਮ ਹੋ ਜਾਵੇਗਾ ਨੈਕਸਟ ਕੁਐਸਚਨ ਹੈ ਇੱਕ ਨਿਓਨ ਲੈਂਪ ਵਿੱਚ ਇਲੈਕਟ੍ਰਿਕ ਕਰੰਟ ਦੇ ਕਿਹੜੇ ਪ੍ਰਭਾਵ ਹੁੰਦੇ ਹਨ ਜੋ ਨਿਓਨ ਗੈਸ ਨਾਲ ਲੈਂਪ ਚੱਲਦੇ ਨੇ ਠੀਕ ਹੈ ਜੀ ਉਸ ਦੇ ਵਿੱਚ ਜੋ ਇਲੈਕਟ੍ਰਿਕ ਕਰੰਟ ਦੇ ਪ੍ਰਭਾਵ ਨੇ ਉਹ ਕਿਹੜੇ ਹੁੰਦੇ ਨੇ ਤਾਂ ਇਹਦੇ ਵਿੱਚ ਹੁੰਦੇ ਨੇ ਜੀ ਗੈਸ ਆਇਨੀਕਰਨ ਜ ਜਿਹਨੂੰ ਅਸੀਂ ਆਇਨਾਈਜੇਸ਼ਨ ਕਹਿ ਦਿੰਦੇ ਆ ਇਹ ਪ੍ਰਭਾਵ ਪਾਈ ਜਾਂਦੇ ਨੇ ਉਸ ਦੇ ਵਿੱਚ ਨੈਕਸਟ ਇਹ ਇੱਕ AC ਸਰਕਟ ਵਿੱਚ ਜੇਕਰ ਕਰੰਟ ਵੋਲਟੇਜ ਤੋਂ 90 ਡਿਗਰੀ ਦੁਆਰਾ ਅੱਗੇ ਹੈ ਤਾਂ ਸਰਕਟ ਡੈਸ਼ ਸਰਕਟ ਹੋਵੇਗਾ ਜੋ AC ਸਰਕਟ ਹੁੰਦਾ ਹੈ ਠੀਕ ਹੈ ਜੀ ਐਵੇਂ ਚੱਲਦਾ ਇਹ ਠੀਕ ਹੈ ਜੀ ਜੋ ਇੱਕ ਹੁੰਦੀ ਹੈ ਇਸ ਦੇ ਵਿੱਚ ਵੋਲਟੇਜ ਤੇ ਇੱਕ ਹੁੰਦਾ ਹੈ ਕਰੰਟ ਠੀਕ ਹੈ ਜੀ ਜੇਕਰ ਵੋਲਟੇਜ ਤੋਂ ਕਰੰਟ 90 ਡਿਗਰੀ ਅੱਗੇ ਹੈ ਤਾਂ ਇਹ ਕਿਹੜਾ ਸਰਕਟ ਹੋਵੇਗਾ ਜੀ ਪਿਓਰ ਕੈਪੈਸਟਿਵ ਠੀਕ ਹੈ ਜੀ ਪਿਓਰ ਕੈਪੈਸਟਿਵ ਸਰਕਟ ਅਸੀਂ ਇਸ ਨੂੰ ਕਹਾਂਗੇ ਇਹ ਉੱਪਰ ਪੋਜ਼ਿਟਿਵ ਪੋਜ਼ਿਟਿਵ ਵਿੱਚ ਜਾਂਦੇ ਨੇ ਠੀਕ ਹੈ ਜੀ ਤੇ ਨੀਚੇ 네ਗੇਟਿਵ ਹੁੰਦੀ ਹੈ ਨੈਕਸਟ ਹੈ ਬਿਜਲੀ ਦੇ ਕਰੰਟ ਨੂੰ ਮਾਪਣ ਲਈ ਵਰਤਿਆ ਜਾਣ ਵਾਲਾ ਯੰਤਰ ਜਿਸ ਨਾਲ ਅਸੀਂ ਬਿਜਲੀ ਦੇ ਕਰੰਟ ਨੂੰ ਮਾਪਦੇ ਹਾਂ ਇਹ ਬਿਲਕੁਲ ਆਸਾਨ ਹੋਂ ਕੁਐਸਚਨ ਹੈ ਇਹਦਾ ਅਨਸਰ ਹੈ ਐਮਮੀਟਰ ਠੀਕ ਹੈ ਜੀ ਜੋ ਬੋਲਟ ਹੈ ਇਹ ਬੋਲਟਮੀਟਰ ਦੀ ਸਹਾਇਤਾ ਨਾਲ ਅਸੀਂ ਵੋਲਟੇਜ ਨੂੰ ਮਾਪਦੇ ਹਾਂ ਠੀਕ ਹੈ ਜੀ ਤੇ ਪਾਵਰ ਨੂੰ ਅਸੀਂ ਵਾਟਮੀਟਰ ਦੀ ਸਹਾਇਤਾ ਨਾਲ ਮਾਪਦੇ ਹਾਂ ਠੀਕ ਹੈ ਨੈਕਸਟ ਇਹ ਖੰਬਿਆਂ ਤੇ ਸਿੱਧੇ ਰਨਿੰਗ ਕੰਡਕਟਰਾਂ ਨੂੰ ਫੜਨ ਲਈ ਹੇੜ ਦਿੱਤੇ ਕਿਸ ਕਿਸਮ ਦੇ ਇਨਸੂਲੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਾਡੇ ਵੱਡੀ ਲਾਈਨਾਂ ਆ ਰਹੀ ਹੁੰਦੀ ਹੈ ਠੀਕ ਹੈ ਜੀ ਜਿਵੇਂ ਇਹ ਖੰਬੇ ਨੇ ਸਾਡੇ ਕੋਲੇ ਤੇ ਇੱਕ ਇਹਨਾਂ ਤੇ ਬੀ ਕ੍ਰੋਸ ਹੁੰਦਾ ਠੀਕ ਹੈ ਜੀ ਇਹਨਾਂ ਦੇ ਉੱਤੇ ਪਿੰਨ ਇਨਸੂਲੇਟਰ ਲੱਗੇ ਹੁੰਦੇ ਨੇ ਠੀਕ ਹੈ ਜੀ ਜਿਨ੍ਹਾਂ ਦੇ ਉੱਤੇ ਹੀ ਤਾਰਾਂ ਰੱਖੀਆਂ ਹੁੰਦੀਆਂ ਨੇ ਠੀਕ ਹੈ ਅਸੀਂ ਦੱਸਣਾ ਹੈ ਕਿ ਕਿਹੜੇ ਇਨਸੂਲੇਟਰ ਵਰਤੇ ਜਾਂਦੇ ਨੇ ਪਿੰਨ ਇਨਸੂਲੇਟਰ ਠੀਕ ਹੈ ਇਹਨਾਂ ਨੂੰ ਪਿੰਨ ਇਨਸੂਲੇਟਰ ਕਿਹਾ ਜਾਂਦਾ ਹੈ ਇਹ ਐਵੇਂ ਦੇ ਘੜੇ ਹੁੰਦੇ ਨੇ ਇੱਕ ਪਿੰਨ ਹੁੰਦਾ ਇਹ ਚ ਤੇ ਉੱਪਰ ਇਨਸੂਲੇਟਰ ਹੁੰਦਾ ਤੇ ਇਹਦੇ ਉੱਤੇ ਤਾਰ ਬੰਨੀ ਜਾਂਦੀ ਹੈ ਇੱਥੇ ਠੀਕ ਹੈ ਜੋ 11 ਕੇਵੀ ਲਾਈਨ ਹੁੰਦੀ ਹੈ ਇਹ ਬਦਲੇ ਵੀ ਵਰਤੇ ਜਾਂਦੇ ਨੇ ਤੇ 11 ਕੇਵੀ ਲਈ ਵੀ ਵਰਤੇ ਜਾਂਦੇ ਨੇ ਇਹ ਹੁੰਦੇ ਨੇ ਸ਼ੈਕਲ ਸ਼ੈਕਲ ਟਾਈਪ ਜਿਹੜੇ ਹੁੰਦੇ ਨੇ ਇਹ ਐਲਟੀ ਲਾਈਨਾਂ ਵਿੱਚ ਜ਼ਿਆਦਾ ਵਰਤੇ ਜਾਂਦੇ ਨੇ ਜਿਵੇਂ ਜੋ ਸਾਡਾ ਟਰਾਂਸਫਾਰਮ ਹੁੰਦਾ ਠੀਕ ਹੈ ਉੱਥੋਂ ਜਿਹੜੀ ਲਾਈਨਾਂ ਐਲਟੀ ਘਰਾਂ ਨੂੰ ਜਾ ਰਹੀਆਂ ਨੇ ਉਹਨਾਂ ਨੂੰ ਫੜ ਲਈਏ ਇਹ ਸ਼ੈਕਲ ਟਾਈਪ ਇਨਸੂਲੇਟਰ ਵਰਤੇ ਜਾਂਦੇ ਨੇ ਠੀਕ ਹੈ ਨੈਕਸਟ ਕੁਐਸਚਨ ਹੈ ਸਾਡਾ ਬਾਲਣ ਦੀਆਂ ਗੈਸਾਂ ਅਤੇ ਤਰਲ ਗੈਸਾਂ ਅੱਗ ਦੀ ਕਿਸ ਸ਼੍ਰੇਣੀ ਵਿੱਚ ਆਉਂਦੀਆਂ ਹਨ ਅੱਗ ਦੀਆਂ ਕਈ ਸ਼੍ਰੇਣੀਆਂ ਨੇ ਠੀਕ ਹੈ ਜੀ A B C D E 6 ਸ਼੍ਰੇਣੀਆਂ ਨੇ ਅੱਗ ਦੀਆਂ ਜੋ A ਸ਼੍ਰੇਣੀ ਹੈ ਇਸ ਦੇ ਵਿੱਚ ਲੱਕੜ ਠੀਕ ਹੈ ਜੀ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਨੇ ਤੇ ਈ ਸ਼੍ਰੇਣੀ ਹੁੰਦੀ ਹੈ ਇੱਕ ਉਸ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਚੀਜ਼ਾਂ ਹੁੰਦੀਆਂ ਨੇ ਇਲੈਕਟ੍ਰੀਕਲ ਵਾਲੀਆਂ ਜੇ ਕਰੋਨਾ ਨੂੰ ਅੱਗ ਲੱਗ ਜਾਵੇ ਉਹ ਸ਼੍ਰੇਣੀ ਵਿੱਚ ਆਉਂਦੀਆਂ ਨੇ ਇਹ ਤੇ ਜੋ ਤਰਲ ਗੈਸਾਂ ਜਾਂ ਬਦਲਣ ਦੀਆਂ ਗੈਸਾਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਸੀ ਸ਼੍ਰੇਣੀ ਦੇ ਵਿੱਚ ਰੱਖਦੇ ਹਾਂ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਦਿੱਤੇ ਚਿੱਤਰ ਤੋਂ ਪ੍ਰਤੀਰੋਧਕ ਰਜਿਸਟਰ ਦੀ ਮੁੱਲ ਦੀ ਗਣਨਾ ਕਰੋ ਤਾਂ ਸੀ ਦੱਸਣੀ ਇਸ ਦੇ ਵਿੱਚ ਪ੍ਰਤੀਰੋਧਕ ਮੁੱਲ ਦੱਸਣਾ ਸੀ ਕਿ ਕਿੰਨਾ ਹੈ ਤਾਂ ਇਹਦਾ ਅੰਸਰ ਆ ਜਾਊਗਾ ਜੀ 10 ਕਿਲੋ ਓਮ ਪਲੱਸ ਨਾ ਮਾਈਨਸ ਠੀਕ ਹੈ 5% ਇਹ ਏਸੀ ਦੇ ਵਿੱਚ ਹੁੰਦਾ ਹੈ ਟਰਾਂਸਫਾਰਮਰ ਆਮ ਤੌਰ ਤੇ ਡੈਸ਼ ਦੇ ਪਰਿਮਾਣ ਨੂੰ ਵਧਾਉਣ ਜਾਂ ਘਟਾਉਣ ਲਈ ਵਰਤੇ ਜਾਂਦਾ ਹੈ ਜੋ ਟਰਾਂਸਫਾਰਮਰ ਹੁੰਦੇ ਨੇ ਇਹ ਕਾਦੇ ਲਈ ਵਰਤੇ ਜਾਂਦੇ ਨੇ ਇਹ ਜਾਂ ਤਾਂ ਅਸੀਂ ਵੋਲਟੇਜ ਨੂੰ ਵਧਾਉਣ ਲਈ ਵਰਤਦੇ ਆ ਜਾਂ ਵੋਲਟੇਜ ਨੂੰ ਘਟਾਉਣ ਲਈ ਵਰਤਦੇ ਆ ਠੀਕ ਹੈ ਜੋ ਸਾਡੇ ਘਰਾਂ ਦੇ ਕੋਲੇ ਟਰਾਂਸਫਾਰਮਰ ਰੱਖੇ ਹੁੰਦੇ ਨੇ ਉਹ ਹਮੇਸ਼ਾ ਵੋਲਟੇਜ ਨੂੰ ਘਟਾਉਣ ਲਈ ਵਰਤੇ ਜਾਂਦੇ ਨੇ ਠੀਕ ਹੈ ਤਾਂ ਇਹ ਅਨਸਰ ਆ ਜੂਗਾ ਜੀ অপਸ਼ਨ ਨੰਬਰ ਏ ਵੋਲਟੇਜ ਨੈਕਸਟ ਕੁਐਸਚਨ ਸਾਡਾ ਅਰਥਿੰਗ ਦਾ ਮਕਸਦ ਕੀ ਹੈ ਜੋ ਅਸੀਂ ਅਰਥਿੰਗ ਕਰਦੇ ਆ ਉਸ ਦਾ ਅਸੀਂ ਮਤਲਬ ਦੱਸਣਾ ਹੈ ਕਿ ਜੋ ਕਾਦੇ ਵਾਸਤੇ ਉਹ ਕੀਤੀ ਜਾਂਦੀ ਹੈ ਤਾਂ ਇਹਦਾ ਅਨਸਰ ਆ ਜੂਗਾ ਜੀ ਕਰਮਚਾਰੀ ਸਾਜ਼ੋ ਸਮਾਨ ਅਤੇ ਸਰਕਟਾਂ ਨੂੰ ਬਹੁਤ ਜ਼ਿਆਦਾ ਵੋਲਟੇਜ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕਰਮਚਾਰੀ ਮਤਲਬ ਜੇ ਕੋਈ ਕਰਮਚਾਰੀ ਲਾਈਨ ਤੇ ਕੰਮ ਕਰ ਰਿਹਾ ਠੀਕ ਹੈ ਜੀ ਜੇਕਰ ਉਸਨੇ ਅਰਥ ਕੀਤੀ ਹੋਈ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਝਟਕਾ ਜਾਂ ਵਾਈਬ੍ਰੇਸ਼ਨ ਨਹੀਂ ਫੀਲ ਹੋਊਗੀ ਠੀਕ ਹੈ ਇਸ ਦੇ ਨਾਲ ਅਰਥ ਦੇ ਨਾਲ ਇੱਕ ਹੋਰ ਵੀ ਫਾਇਦਾ ਹੈ ਜੋ ਗ੍ਰੈਡਾਂ ਦੇ ਵਿੱਚ ਜਾਂ ਜਿਵੇਂ ਸਾਡੇ ਟਰਾਂਸਫਾਰਮਰ ਹੁੰਦੇ ਨੇ ਜੇਕਰ ਅਰਥ ਕੀਤਾ ਹੈ ਤਾਂ ਉਸ ਦੇ ਵਿੱਚ ਕੋਈ ਕਰੰਟ ਨਹੀਂ ਆਵੇਗਾ ਨੈਕਸਟ ਕੁਐਸਚਨ ਹੈ ਸਾਡਾ ਸ਼ੈਫਰਦੀਨ ਨਕਲੀ ਬਨੌਟੀ ਸਾਹ ਦੇਣ ਦੀ ਵਿਧੀ ਨੇ ਇੱਕ ਮਿੰਟ ਵਿੱਚ ਲਗਭਗ ਕਿੰਨੀ ਵਾਰ ਦਰਾਇਆ ਜਾਂਦਾ ਹੈ ਤਾਂ ਇਹ ਜੀ 12 ਤੋਂ 15 ਵਾਰ ਸ਼ੈਫਰਦੀਨ ਇਹ ਕਈ ਵਿਧੀਆਂ ਨੇ ਠੀਕ ਹੈ ਜੀ ਜਿਸ ਦੇ ਵਿੱਚ ਜੇਕਰ ਵਿਅਕਤੀ ਨੂੰ 60 ਫੀਟ ਲੱਗ ਜਾਵੇ ਜਾਂ ਸਾਹ ਦੀ ਦਿੱਕਤ ਆ ਜਾਵੇ ਉਸ ਦੇ ਵਿੱਚ ਇਹ ਵਿਧੀਆਂ ਆਪਣਾਈ ਜਾਂਦੀਆਂ ਨੇ ਠੀਕ ਹੈ ਜੀ ਇੱਕ ਦੇ ਵਿੱਚ ਵਿਅਕਤੀ ਨੂੰ ਸਿੱਧਾ ਲਟਾ ਕੇ ਠੀਕ ਹੈ ਜੀ ਉਸ ਨੂੰ 36 ਤੋਂ ਦਵਾਇਆ ਜਾਂਦਾ ਹੈ ਠੀਕ ਹੈ ਜੀ ਇੱਕ ਹੁੰਦੀ ਹੈ ਜੋ ਕਿ ਵਿਅਕਤੀ ਨੂੰ ਉਲਟਾ ਲਟਾ ਕੇ ਠੀਕ ਹੈ ਜੀ ਉਸ ਦੀ ਢੂਈ ਦੇ ਵਿੱਚ ਦਬਦੇਤੀ ਜਾਂਦੀ ਹੈ ਤੇ ਬਾਹਾਂ ਉੱਪਰ ਚੱਕੀਆਂ ਜਾਂਦੀਆਂ ਨੇ ਇਹ ਕਈ ਸਾਰੀਆਂ ਵਿਧੀਆਂ ਨੇ ਜੋ ਸ਼ੈਫਰ ਦੀ ਵਿਧੀ ਹੈ ਇਹ ਬਨੌਟੀ ਸਾ ਦੇਣ ਦੀ ਉਸ ਦੇ ਵਿੱਚ 12 ਤੋਂ 15 ਵਾਰ 1 ਮਿੰਟ ਦੇ ਵਿੱਚ ਕੀਤਾ ਜਾਂਦਾ ਹੈ ਇਸ ਵਿਧੀ ਨੂੰ ਇੱਕ ਵਿਧੀ ਰਹੀ ਵਿਅਕਤੀ ਨੂੰ ਬਨਟੀ ਸਾਬ ਵੀ ਦਿੱਤੇ ਜਾਂਦੇ ਨੇ ਠੀਕ ਹੈ ਇਹ ਕਈ ਵਿਧੀਆਂ ਨੇ ਕਿਸੇ ਵੀਡੀਓ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਕਰਾਂਗੇ ਨੈਕਸਟ ਕੁਐਸਚਨ ਸੀਗਾ ਟਰਾਂਸਫਾਰਮਰ ਦੇ ਤਾਂਬੇ ਦੇ ਨੁਕਸਾਨਾਂ ਦਾ ਪਤਾ ਲਗਾਉਣ ਲਈ ਟਰਾਂਸਫਾਰਮਰ ਵਿੱਚ ਹੀਟ ਦਿੱਤੇ ਜਾਂਦੇ ਵਿੱਚੋਂ ਕਿਹੜੀ ਜਾਂਚ ਟੈਸਟ ਕੀਤਾ ਜਾਂਦਾ ਹੈ ਤਾਂਬੇ ਦਾ ਨੁਕਸਾਨ ਜੋ ਤਾਂਬੇ ਦੇ ਲਾਸ ਹੁੰਦੇ ਨੇ ਟਰਾਂਸਫਾਰਮਰ ਦੇ ਵਿੱਚ ਉਹਨਾਂ ਦਾ ਪਤਾ ਲਗਾਉਣ ਲਈ ਕਿਹੜਾ ਟੈਸਟ ਕੀਤਾ ਜਾਂਦਾ ਹੈ ਇਹ ਹੁੰਦਾ ਜੀ ਸ਼ਾਰਟ ਸਰਕਟ ਟੈਸਟ ਠੀਕ ਹੈ ਜੀ ਨੈਕਸਟ ਕੁਐਸਚਨ ਸੀਗਾ ਟ੍ਰੈਫਿਕ ਲਾਈਟ ਸਿਗਨਲਾਂ ਵਿੱਚ ਲਾਲ ਬੱਤੀ ਦਾ ਅਰਥ ਹੈ ਇਹ ਸਾਰੇ ਸਹੀ ਉੱਤਰ ਦੇਣਗੇ ਠੀਕ ਹੈ ਜੀ ਇਹਦਾ ਅਰਥ ਹੈ ਸਟਾਪ ਰੁਕਣਾ ਨੈਕਸਟ ਕੁਐਸਚਨ ਹੈ ਕਿਸ ਕਿਸ ਹੁੰਦਾ ਬਿਜਲੀ ਮਾਪਣ ਯੰਤਰ ਹਮੇਸ਼ਾ ਲੋਡ ਜਾਂ ਸਪਲਾਈ ਨਾਲ ਲੜੀ ਵਿੱਚ ਜੁੜਿਆ ਹੁੰਦਾ ਹੈ ਇੱਕ ਹੁੰਦਾ ਹੀ ਲੜੀ ਦੇ ਵਿੱਚ ਜਿਸ ਨੂੰ ਅਸੀਂ ਸੀਰੀਜ਼ ਵਿੱਚ ਕਹਿ ਦਿੰਦੇ ਆ ਇੱਕ ਹੁੰਦਾ ਪੈਰਲਲ ਦੇ ਵਿੱਚ ਜਿਸ ਨੂੰ ਸਮਾਂਤਰ ਕਹਿ ਦਿੰਦੇ ਆ ਜੋ ਲੜੀ ਦੇ ਵਿੱਚ ਹੁੰਦਾ ਜੀ ਉਹ ਐਮਮੀਟਰ ਜੋੜਿਆ ਜਾਂਦਾ ਜੋ ਕਿ ਕਰੰਟ ਨੂੰ ਮਾਪਣ ਲਈ ਵਰਤਿਆ ਜਾਂਦਾ ਅਤੇ ਜੋ ਬੋਲਟਮੀਟਰ ਹੁੰਦਾ ਜੀ ਇਹ ਪੈਰਲਲ ਦੇ ਵਿੱਚ ਜੋੜਿਆ ਜਾਂਦਾ ਠੀਕ ਹੈ ਜਿਸ ਨੂੰ ਸਮਾਂਤਰ ਕਹਿ ਦਿੰਦੇ ਆ ਅਸੀਂ ਨੈਕਸਟ ਕੁਐਸਚਨ ਹੈ ਇਹ ਸਾਡਾ ਡਿਸਟ੍ਰੀਬਿਊਟਰ ਅਤੇ ਖਪਤਕਾਰ ਲੋਡ ਟਰਮੀਨਲ ਵਿਚਕਾਰ ਜੁੜੀ ਹੋਈ ਕੇਬਲ ਨੂੰ ਡੈਸ਼ ਕਿਹਾ ਜਾਂਦਾ ਹੈ ਜੋ ਮੀਟਰ ਅਤੇ ਟਰਾਂਸਫਾਰਮਰ ਦੇ ਵਿੱਚਕਾਰ ਜੋ ਐਲਟੀ ਲਾਈਨ ਹੁੰਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਜੀ ਉਸ ਨੂੰ ਅਸੀਂ ਕਹਿੰਦੇ ਹਾਂ ਸਰਵਿਸ ਮੇਨਸ ਠੀਕ ਹੈ ਜੀ ਇਸ ਨੂੰ ਸਰਵਿਸ ਮੇਨਸ ਕਿਆ ਜਾਂਦਾ ਹੈ ਨੈਕਸਟ ਕੁਐਸਚਨ ਹੈ ਜੀ ਆਈ ਨਿਯਮ ਦੇ ਅਨੁਸਾਰ ਓਵਰਹੈਡ ਲਾਈਨਾਂ ਤੇ ਵਰਤੇ ਗਏ ਜੀ ਆਈ ਗਾਰਡ ਗੈਲਵਨਾਈਜ਼ਡ ਆਇਰਨ ਗਾਰਡ ਅਸਲ ਬ੍ਰੇਕਿੰਗ ਸਮਰੱਥਾ ਡੈਸ਼ ਤੋਂ ਘੱਟ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਟੁੱਟਣ ਦੀ ਸਮਰੱਥਾ ਕਿੰਨੀ ਹੋਣੀ ਚਾਹੀਦੀ ਹੈ ਘੱਟੋ-ਘੱਟ 635 ਕਿਲੋਗ੍ਰਾਮ ਹੋਣੀ ਚਾਹੀਦੀ ਹੈ ਠੀਕ ਹੈ ਇਸ ਤੋਂ ਘਟ ਨਹੀਂ ਹੋਣੀ ਚਾਹੀਦੀ। ਇਹਨਾਂ ਵਿੱਚੋਂ ਕਿਹੜੀ ਇੱਕ ਰੋਧਕ ਇਨਸੂਲੇਟਿੰਗ ਸਮਗਰੀ ਦੀ ਇੱਕ ਲੋੜੀਂਦੀ ਵਿਸ਼ੇਸ਼ਤਾ ਹੈ? ਜੋ ਇਨਸੂਲੇਟਰ ਬਣੇ ਹੁੰਦੇ ਨੇ ਠੀਕ ਹੈ ਜੀ ਸਾਰੇ ਹੀ ਸਟ੍ਰੇਨ ਟਾਈਪ ਐਂਡ ਟਾਈਪ ਠੀਕ ਹੈ ਸ਼ੈਕਲ ਇਹਨਾਂ ਵਿੱਚ ਕੀ ਹੋਣਾ ਚਾਹੀਦਾ ਸਭ ਤੋਂ ਜ਼ਿਆਦਾ ਵਿਸ਼ੇਸ਼ਤਾ ਕਿਹੜੀ ਹੋਣੀ ਚਾਹੀਦੀ ਹੈ? ਆਪਸ਼ਨ ਬੀ ਹਾਈ ਡਾਇਲੈਕਟ੍ਰਿਕ ਸਟਰੈਂਥ ਠੀਕ ਹੈ ਜੀ ਇਕ ਇਲੈਕਟ੍ਰਿਕ ਸਰਕਟ ਵਿੱਚ ਪ੍ਰਤੀਰੋਧ ਨੂੰ ਮਾਪਣ ਲਈ ਕਿਹੜਾ ਯੰਤਰ ਵਰਤੇ ਜਾਂਦਾ ਹੈ ਜੋ ਪ੍ਰਤੀਰੋਧ ਹੁੰਦਾ ਜੀ ਠੀਕ ਹੈ ਜੋ ਕਰੰਟ ਜਾਂ ਵੋਲਟੇਜ ਨੂੰ ਅੱਗੇ ਜਾਣ ਤੋਂ ਰੋਕਦਾ ਉਸ ਨੂੰ ਅਸੀਂ ਕਿਹੜੇ ਯੰਤਰ ਨਾਲ ਮਾਪਦੇ ਹਾਂ ਇਸ ਦਾ ਸਹੀ ਜਵਾਬ ਹੈ ਆਪਸ਼ਨ ਨੰਬਰ 1 ਓਮਮੀਟਰ ਠੀਕ ਹੈ ਜੀ ਜੋ ਗਲਵੈਨੋਮੀਟਰ ਹੈ ਜੀ ਇਸ ਨਾਲ ਬਹੁਤ ਹੀ ਛੋਟੇ ਪ੍ਰਤੀਰੋਧ ਮਾਪੇ ਜਾਂਦੇ ਨੇ ਐਮਮੀਟਰ ਤੁਹਾਨੂੰ ਪਤਾ ਹੀ ਹੈ ਇਹ ਕਰੰਟ ਨੂੰ ਆਪਾਂ ਨਹੀਂ ਵਰਤਿਆ ਜਾਂਦਾ 볼ਟਮੀਟਰ ਵੋਲਟੇਜ ਨੂੰ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਬਿਜਲੀ ਊਰਜਾ ਦੀ ਵਪਾਰਕ ਇਕਾਈ ਕੀ ਹੈ ਕਮਰਸ਼ੀਅਲ ਯੂਨਟ ਆਫ ਇਲੈਕਟ੍ਰੀਕਲ એનર્ਜੀ ਕੀ ਹੈ ਇਹ ਕਿਲੋਵਾਟ ਘੰਟਾ ਇਹ ਸਾਰਿਆਂ ਨੂੰ ਪਤਾ ਹੀ ਹੋਣਾ ਠੀਕ ਹੈ ਇਕ ਇਲੈਕਟ੍ਰੀਕਲ ਸਰਕਟ ਦੇ ਪੋਟੈਂਸ਼ੀਅਲ ਅੰਤਰ ਨੂੰ ਡੈਸ਼ ਦੁਆਰਾ ਮਾਪਿਆ ਜਾਂਦਾ ਹੈ ਜੋ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈ ਇਲੈਕਟ੍ਰੀਕਲ ਸਰਕਟ ਦੇ ਵਿੱਚ ਉਸ ਨੂੰ ਅਸੀਂ ਕਾਦੇ ਰਾਈ ਮਾਪਦੇ ਹਾਂ ਬੋਲਟਮੀਟਰ ਠੀਕ ਹੈ ਜੀ ਹੁਣ ਅਸੀਂ ਪਿੱਛੇ ਕਰਕੇ ਹਟੇ ਹਾਂ ਮੈਗਰ ਦੀ ਸਹਾਇਤਾ ਨਾਲ ਕੀ ਮਾਪਿਆ ਜਾਂਦਾ ਜੀ ਵੱਡੀਆਂ ਰੈਜ਼ਿਸਟੈਂਸਾਂ ਮਾਪੀਆਂ ਜਾਂਦੀਆਂ ਨੇ ਮੈਗਰ ਦੀ ਸਹਾਇਤਾ ਨਾਲ 62 ਮੀਟਰ ਨਾਲ ਅਸੀਂ ਕੀ ਮਾਪਦੇ ਹਾਂ ਜੀ ਪਾਵਰ ਠੀਕ ਹੈ ਜੀਡੀ ਕਿਹੜਾ ਵਾਟ ਹੈ ਐਮੀਟਰ ਨਾਲ ਤੁਹਾਨੂੰ ਪਤਾ ਹੈ ਕਰੰਟ ਜੋ ਕਿ ਸੀਰੀਜ਼ ਦੇ ਵਿੱਚ ਲੱਗਿਆ ਹੁੰਦਾ ਹੈ ਤੇ ਬੋਲਟਮੀਟਰ ਪੈਰਲਲ ਦੇ ਵਿੱਚ ਲੱਗਿਆ ਹੁੰਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਸਾਡਾ ਜਦੋਂ ਇੱਕ ਬੰਦ ਸਰਕਟ ਦੇ ਚਾਲਕ ਤੇ ਇੱਕ ਇਲੈਕਟ੍ਰਿਕ ਪੋਟੈਂਸ਼ੀਅਲ ਲਾਗੂ ਕੀਤੀ ਜਾਂਦੀ ਹੈ ਤਾਂ ਡੈਸ਼ ਕਰਕੇ ਕੁਝ ਤਾਪ ਪੈਦਾ ਹੁੰਦਾ ਹੈ ਤਾਂ ਕਾਦੇ ਕਰਕੇ ਤਾਪ ਪੈਦਾ ਹੁੰਦਾ ਹੈ ਜੀ चालक दे प्रतिरोध द्वारा इलेक्ट्रॉन के प्रवाह के विरोध कारण ठीक है जी नैक्सट क्वेश्चन है जी ई एल सी बी का अर्थ की है इसका पूरा रूप दसना ई एल सी बी का अर्थ लीकेज करंट अर्थ लीकेज सर्कट ब्रेकर ठीक है जी ਇਹ ਫੁੱਲ ਫਾਰਮ ਹੈ ਜੀ ਦੀ ELCB ਦੀ ਅਰਥ ਲੀਕੇਜ ਸਰਕਟ ਬ੍ਰੇਕਰ ਫੁੱਲ ਫਾਰਮ ਦੀ ਵੀ ਇੱਕ ਵੀਡੀਓ ਅਸੀਂ ਅਪਲੋਡ ਕੀਤੀ ਹੋਈ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਨੈਕਸਟ ਕੁਐਸਚਨ ਹੈ ਸਾਡਾ ਇੱਕ ਡੈਲਟਾ ਕਨੈਕਸ਼ਨ ਵਿੱਚ ਲਾਈਨ ਕਰੰਟ ਅਤੇ ਫੇਜ਼ ਕਰੰਟ ਵਿਚਕਾਰ ਸਬੰਧ ਕੀ ਹੈ ਲਾਈਨ ਕਰੰਟ ਦੱਸਣ ਅਸੀਂ ਕੀ ਦੇ ਬਰਾਬਰ ਹੁੰਦਾ ਹੈ ਲਾਈਨ ਕਰੰਟ ਬਰਾਬਰ ਹੁੰਦਾ ਜੀ √3 ਮਲਟੀਪਲਾਈ ਬਾਈ ਫੇਜ਼ ਕਰੰਟ ਦੇ ਠੀਕ ਹੈ ਜੀ ਫੇਜ਼ ਕਰੰਟ ਦੇ ਬਰਾਬਰ ਹੁੰਦਾ ਇਹ √3 ਗੁਣਾ ਫੇਜ਼ ਕਰੰਟ ਨੈਕਸਟ ਕੁਐਸਚਨ ਹੈ ਅੱਗ ਬੁਝਾਉਣ ਵਾਲੇ ਯੰਤਰ ਦੀ ਵਰਤੋਂ ਕਰਨ ਲਈ ਸੰਚਾਲਨ ਦਾ ਸਹੀ ਕ੍ਰਮ ਕਿਹੜਾ ਹੈ ਇਹ ਕੁਐਸਚਨ ਹੈ ਜੋ ਇਹ ਹੁਣ ਜੋ 2500 AELN ਦੀ ਵੈਕੈਂਸੀ ਆਈ ਸੀ ਉਸ 'ਚ ਵੀ ਆਇਆ ਸੀਗਾ ਠੀਕ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਜਦੋਂ ਅਸੀਂ ਅੱਗ ਬੁਝਾਉਣ ਵਾਲੇ ਯੰਤਰ ਦਾ ਪ੍ਰਯੋਗ ਕਰਦੇ ਹਾਂ ਜੋ ਕਿ ਕਈ ਪ੍ਰਕਾਰ ਦੇ ਨੇ ਠੀਕ ਹੈ ਜੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪੁੱਲ ਕਰਾਂਗੇ ਖਿੱਚਾਂਗੇ ਫਿਰ ਨਿਸ਼ਾਨਾ ਸਿੱਧਾਂਗੇ ਫਿਰ ਦਬਾਅ ਪਾਵਾਂਗੇ ਫਿਰ ਸਵੀਪ ਕਰਾਂਗੇ ਠੀਕ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਸ ਨੂੰ नोट डाउन कर लो नैक्स क्वेश्चन है जी सा इलेक्ट्रिक सर्कट वि बदल में करंट के प्रभाव न कुल विरोध वजो जाने जाता है इसनों की कहोंगे असं इम्पीडेंस ठीक है तो यह साज के ਜੋ ਕਿ 27 ਕੁਐਸਚਨ ਸੀਗੇ ਜੋ ਕਿ ਬਹੁਤ ਇੰਪੋਰਟੈਂਟ ਸੀਗੇ ਜੋ ਬਾਕੀ ਕੁਐਸਚਨ ਰਹਿ ਗਏ ਉਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਤਾਂ ਐਵੇਂ ਹੀ ਅਸੀਂ ਸਾਰੇ ਇੰਪੋਰਟੈਂਟ ਕੁਐਸਚਨ ਜੋ ਵੀ ਫਰੈਂਡਸ਼ਿਪ ਦੇ ਨਾਲ ਰਿਲੇਟਡ ਬਣਦੇ ਨੇ ਉਹ ਸਾਰੇ ਅਸੀਂ ਇਸ ਬੈਚ ਦੇ ਵਿੱਚ ਕਰਾਂਗੇ ਸੋ ਉਮੀਦ ਹੈ ਤੁਹਾਨੂੰ ਇਹ ਜ਼ਰੂਰ ਪਸੰਦ ਆਉਣਗੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆਂ ਅਸੀਂ ਨੈਕਸਟ ਵੀਡੀਓ ਦੇ ਵਿੱਚ ਜਲਦੀ ਹੀ ਧੰਨਵਾਦ